ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ, ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਗੰਡੀ ਪਿੰਡ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ, ਹਰੀ ਕੇ ਪੱਤਣ ਤੋਂ ਕੋਈ 3-4 ਕਿਲੋਮੀਟਰ ਦੀ ਦੂਰੀ ਆ ਪਿੰਡ ਗੰਡੀ ਪਿੰਡ ਦੀ। ਨੱਥੂਪੁਰ ਪਿੰਡ ਬਿਲਕੁਲ ਇਸਦੇ ਓਪੋਜਿਟ ਆ ਦੋਸਤੋ। ਜਦੋਂ ਆਪਾਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੋਂ ਉਤਰਦੇ ਹਾਂ, ਬਿਲਕੁਲ ਇੱਕ ਪਾਸੇ ਜਦੋਂ ਹਰੀਕੇ ਤੋਂ ਆਉਂਦੇ ਦੋਸਤੋ, ਸੱਜੇ ਪਾਸੇ ਜਿਹੜਾ ਪਿੰਡ ਗੰਡੀ ਵਿੰਡਾ ਤੇ ਉਸਦੇ ਬਿਲਕੁਲ ਓਪੋਜਿਟ ਪਿੰਡ ਨੱਥੂਪੁਰ। ਵੀਰ ਬਲਜੀਤ ਕੋਲ ਆਇਆ ਦੋਸਤੋ। ਵੈਸੇ ਵੀਰ ਦਾ ਪਸ਼ੂ ਵਪਾਰ ਦਾ ਕਿੱਤਾ ਵਾ, ਕੰਮ ਜਿਹੜਾ ਪਸ਼ੂ ਵਪਾਰ ਦਾ, ਤੇ ਕਾਫੀ ਲੰਬੇ ਸਮੇਂ ਤੋਂ ਵੀਰ ਵਪਾਰ ਦਾ ਕੰਮ ਕਰਦਾ ਆ ਰਿਹਾ। ਸੋ ਵੀਡੀਓ ਬੇਸ਼ੱਕ ਦੋਸਤੋ ਘੱਟ ਪਾਈਆਂ ਨੇ, ਕੋਈ 1-2 ਵੀਡੀਓ ਆਪਾਂ ਬਿਲਕੁਲ ਸਟਾਰਟਿੰਗ ਤੋਂ ਪਾਈਆਂ ਸੀਗੀਆਂ, ਕੋਈ 3-4 ਸਾਲ ਪਹਿਲਾਂ। ਤੇ ਵੈਸੇ ਰੁਟੀਨ ਦੇ ਵਿੱਚ ਕੰਮ ਵੀਰ ਕਰਦਾ, ਤੇ ਅੱਜ ਇਸ ਵੀਡੀਓ ਦੇ ਵਿੱਚ 3 ਵਹਿੜਾਂ, ਇੱਕ ਦੋਸਤੋ ਝੋਟੀ ਦਿਖਾਵਾਂਗੇ ਤੁਹਾਨੂੰ। ਪਸ਼ੂ ਆਲਮੋਸਟ ਟੋਟਲ ਜਿੰਨੇ ਦਿਖਾਉਣੇ ਸਾਰੇ ਗੱਭਣ ਹੋਣਗੇ। ਸੋ ਕਿੰਨੇ ਕਿੰਨੇ ਸਮੇਂ ਹਜੇ ਦੋਸਤੋ ਬਾਕੀ ਆ, ਕਿੰਨਾ ਕਿੰਨਾ ਟਾਈਮ ਬਾਕੀ ਆ, ਬਾਕੀ ਸੋਨੇ ਵਰਗੇ ਪਸ਼ੂ ਹੋਣਗੇ ਦੋਸਤੋ। ਰੇਟ ਭਾਅ ਪੜਤਾ ਕੀ ਆ, ਪੂਰੀ ਵੀਡੀਓ ਦੇ ਵਿੱਚ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ। ਅੱਜ 31 ਜੁਲਾਈ ਆ ਦੋਸਤੋ ਸਮਾਂ, ਤੁਸੀਂ ਨੋਟ ਕਰ ਲਓ ਕੋਈ ਮੋਰਨਿੰਗ ਦੇ 8:30 ਵਜੇ ਦਾ। ਪੂਰੀ ਡਿਟੇਲ ਦੇ ਲਈ ਚੱਲਦੇ ਹਾਂ ਵੀਰ ਬਲਜੀਤ ਦੇ ਕੋਲ, ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ, ਆਓ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਬਲਜੀਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਸਤਿ ਸ੍ਰੀ ਅਕਾਲ। ਤਾਂ ਵੀ ਬਲਜੀਤ ਭਾਈ, ਚਲੋ ਵੀਡੀਓ ਆਪਾਂ 1-2 ਪਾਈਆਂ ਸੀ ਮੈਨੂੰ ਤਾਂ ਸਟਾਰਟਿੰਗ ਤੋਂ। ਹਾਂਜੀ ਹਾਂਜੀ, ਪਹਿਲਾਂ ਪਾਈਆਂ। ਹਾਂਜੀ, ਬੜਾ ਲੰਮਾ ਸਮਾਂ ਹੋ ਗਿਆ ਜੀ। ਹਾਂਜੀ ਬਿਲਕੁਲ, ਪਹਿਲਾਂ ਤੁਸੀਂ ਨਵਾਂ ਨਵਾਂ ਕੰਮ ਕਰਨ ਲੱਗੇ ਉਦੋਂ। ਹਾਂਜੀ ਹਾਂਜੀ ਹਾਂਜੀ। ਤਾਂ ਵੀਰ ਬਲਜੀਤ, ਚਲੋ ਆਪਾਂ ਤੁਹਾਨੂੰ ਤਾਂ ਕਾਫੀ ਪੁਰਾਣੇ ਜਾਣਦੇ ਹਾਂ। ਹਾਂਜੀ ਹਾਂਜੀ ਹਾਂਜੀ। ਵਪਾਰ ਦਾ ਕਿੱਤਾ ਤੁਹਾਡਾ ਸ਼ੁਰੂ ਤੋਂ, ਮਤਲਬ 2-4 ਨਾਗ ਆਪਣੇ ਖੁਰ ਲਈ ਤੇ ਕਿੱਲੇ ਦੇ ਹਾਜ਼ਰ ਹੁੰਦੇ ਆ। ਹਾਂਜੀ ਹਾਂਜੀ। ਤੇ ਅੱਜ ਆਪਣੇ ਕੋਲ ਵੈਸੇ ਜਿਹੜੇ ਪਸ਼ੂ ਦਿਖਾਉਣੇ ਆ, 3 ਵਹਿੜਾਂ ਤੇ 1 ਆਪਣੇ ਕੋਲ ਝੋਟੀ ਆ। ਹਾਂਜੀ ਹਾਂਜੀ, ਠੀਕ ਆ ਜੀ। ਵਹਿੜਾਂ ਵੈਸੇ ਸਾਰੀਆਂ 3 ਗੱਬਣਾ, ਝੋਟੀ ਵੀ ਗੱਬਣਾ, ਗੱਬਣ ਜੀ ਗੱਬਣ, ਸੋਨੇ ਵਰਗਾ ਮਾਲ ਆ ਜੀ। ਬਿਲਕੁਲ ਜੀ, ਹਾਂਜੀ ਹਾਂਜੀ। ਸਭ ਤੋਂ ਦੋਸਤੋ, ਵੈਸੇ ਪਸ਼ੂ ਵੇਖਦੇ ਆ ਸਾਰੇ ਵੀਰਾਂ ਨੂੰ ਪਤਾ ਲੱਗ ਜਾਣਾ ਵੀ ਕੀ ਕੁਆਲਿਟੀ ਆ। ਹਾਂਜੀ, ਬਾਕੀ ਮੇਰੇ ਵੀਰ ਜਿਹੜਾ ਵੀ ਖਰੀਦਦਾਰ ਆਉਂਦਾ ਇੱਥੇ ਘਰੇ ਆਣ ਕੇ ਆਪਦੀ ਦੋ ਥਾਂ ਦੀ ਟਿਪ ਕੇ ਤਸੱਲੀ ਕਰਦਾ, ਤਸੱਲੀ ਕਰੇ ਆਪਦੀ, ਠੀਕ ਆ ਜੀ। ਹਾਂਜੀ ਵੀਰ ਜੀ, ਹਾਂਜੀ। ਹਾਂ ਤੇ ਬਲਜੀਤ ਭਾਈ, ਬਾਕੀ ਰੇਟ ਪੜਤਾ ਵੀ ਬਿਲਕੁਲ ਜਾਇਜ਼ ਹੀ ਆ। ਭਾ ਛੋਟੇ ਛੋਟੇ ਜੀ, ਛੋਟੇ ਛੋਟੇ ਪਹਿਲੀ ਵੀਡੀਓ ਪਾਉਣੀ ਆਪਾਂ, ਠੀਕ ਆ ਜੀ। ਕੋਈ ਐਡਾ ਗੈਲੇ ਵਾਲਾ ਨਹੀਂ, ਨਿਗੇ ਨਿਗੇ ਬਸ, ਠੀਕ ਆ ਜੀ। ਹਾਂਜੀ ਹਾਂਜੀ। ਲਓ ਦੋਸਤੋ, ਸ਼ੁਰੂਆਤ ਕਰਾਂਗੇ ਇੱਕ ਪਹਿਲੇ ਨੰਬਰ ਤੋਂ, ਇੱਕ ਤੁਹਾਨੂੰ ਵੱਡੀ ਵਹਿੜ ਦਿਖਾਉਣੇ ਆ, ਉਸ ਤੋਂ ਬਾਅਦ ਜਿਹੜੀਆਂ ਖੀਰੀਆਂ ਬੱਚੀਆਂ ਵੀ ਤੁਹਾਨੂੰ ਦਿਖਾਵਾਂਗੇ, ਇੱਕ ਦੋਂਦੀ ਬੱਚੀ ਦਿਖਾਵਾਂਗੇ, ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਵਹਿੜ ਤੋਂ ਕਰ ਲੈਂਦੇ ਆ। ਅੱਛਾ ਵੀਰ ਬਲਜੀਤ, ਇਹਦਾ ਸੂਆ ਕਿੰਨਾ ਸੋਨਾ ਅੱਗੇ ਨੇ? ਇਹ ਵੀਰ ਜੀ ਘਰ ਵਾਲੇ ਤੇ ਦੂਜਾ ਆਂਦੇ ਆ, ਪਰ ਤੀਜੇ ਸੂਏ ਸੁਣੀ ਆ ਵਹਿੜ ਵੀਰ ਜੀ। ਤੇ ਜਗ ਸੂਆ? ਹਾਂਜੀ ਹਾਂਜੀ, ਤੀਜਾ ਸੂਆ, ਠੀਕ ਆ। ਠੰਡੀ ਠੁੰਡੀ ਬਹੁਤ ਜ਼ਿਆਦੀ ਵੀਰ ਜੀ। ਹਾਂਜੀ, ਤੋ ਤੀਜਾ ਸੂਆ ਦੋਸਤੋ ਸੁਣਾ ਇਸ ਵੈੜ ਨੇ, ਤੇ ਹਫਤਾ ਲੈ ਜੂਗਾ? ਇੱਕ ਹਫਤਾ ਜੀ, ਇੱਕ ਹਫਤਾ ਰਹਿੰਦਾ ਬਾਕੀ ਹਜੇ, ਠੀਕ ਆ ਜੀ। ਹਾਂਜੀ, ਤਾਂ ਦੋਸਤੋ ਇੱਕ ਹਫਤਾ ਹਜੇ ਬਾਕੀ ਆ। ਹਾਂਜੀ, ਤੇ ਬਾਕੀ ਪਿਛਲੇ ਸੂਬੇ ਦਾ ਵੀਰ ਬਲਜੀਤ ਕੋਈ ਮਿਲ ਕੇ ਦਰਕਾਰ? ਹਾਂਜੀ, 30 ਕਿਲੋ ਘਰ ਵਾਲੇ ਤੇ ਆਂਦੇ ਆ। ਹਾਂਜੀ, ਪਰ ਐਰਕੀ ਗਰਮੀ ਆ, 20 ਪਲੱਸ ਲਾ ਲਓ, ਠੀਕ ਆ ਜੀ। ਉਹ ਘਰ ਵਾਲਿਆਂ ਦੇ ਵੀ ਦੁੱਧ ਚਵਾ ਦੂਗੀ, ਦੁੱਧ ਚਵਾ ਦੂਗੀ। ਥਾਣ ਭਾਂਡਾ ਵੇਖੋ ਬਹੁਤ ਲੱਗਾ ਵੀਰ ਜੀ, ਵਿਖਾ ਦਿਓ ਬਣਾ ਕੇ। ਬੈਕ ਸਾਈਡ ਤੋਂ, ਬੈਕ ਸਾਈਡ ਵਿਖਾ ਦਿਓ, ਸੱਜੇ ਖੱਬੇ ਵਿਖਾ ਦਿਓ ਵੀਰ ਜੀ। ਆਹ ਕਰੋ ਚੈੱਕ ਜੀ, ਥਾਣ ਤੋਂ ਬਹੁਤ ਲੱਗਾ, ਠੰਡੀ ਬਹੁਤ ਜ਼ਿਆਦੀ ਆ, ਫੁੱਟ ਫੁੱਟ ਤੇ ਵਿਰ ਲੱਗੀ ਆ ਜੀ। ਬਿਲਕੁਲ ਜੀ ਬਿਲਕੁਲ, ਵੇਖੋ ਦੋਸਤੋ ਵੰਡਾ ਵਿਰਲਾ ਵੇਖੋ, ਬਹੁਤ ਸੋਹਣੀਆਂ ਵਿੱਥਾਂ ਵਿਰਲਾਂ ਨੇ, ਬਹੁਤ ਸੋਹਣੀ ਵੰਡ ਆਪਸੀ ਥਣਾ ਦੀ, ਤੇ ਬਾਕੀ ਦੁੱਧ ਸੋਹਣਾ ਚਵਾ ਦੂਗੀ। ਜਿੱਦਾਂ ਦੀ ਦੋਸਤੋ ਗਰਮੀ ਪੈ ਰਹੀ ਆ, ਤਕਰੀਬਨ 20 ਤੋਂ ਪਲੱਸ ਚੱਲੂਗੀ, ਠੀਕ ਆ ਜੀ। ਬਾਕੀ ਅੱਗੇ ਸਮਾਂ ਆਉਣ ਤੇ ਆ, ਭਵਾਨੇ ਲੇਵੇ ਦੀ ਬੜੀ ਸਾਫ਼ ਸੁਥਰੀ ਆ, ਤੇ ਮੁੱਢ ਤੋਂ ਬਿਲਕੁਲ ਚੌਰਸ ਲੇਵਾ, ਜਿੰਨਾ ਅੱਗੇ ਉਹਨੇ ਪਿੱਛੇ, ਤੇ 5-7 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਜੂ। ਪੂਰੀ ਤਿਆਰੀ ਕਰ ਲਓ ਜੀ, ਬੈਠਾ ਨਹੀਂ ਜਾਣਾ ਵੀਰ ਜੀ? ਹਾਂ ਬਿਲਕੁਲ ਜੀ। ਹਾਂਜੀ, ਤੇ ਇਧਰੋਂ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਦੇ ਆਪਾਂ। ਠੀਕ ਹੈ ਜੀ, ਮੂੰਹ ਮਾਂ ਵੀਰ ਜੀ ਵਿਖਾ ਦਿਓ, ਠੀਕ ਹੈ।
ਫਿਰ ਬਲਜੀਤ ਖੋਲ ਕੇ ਇੱਕ ਵਾਰੀ ਮਾੜਾ ਤੋੜ ਕੇ ਦਿਖਾ ਜੀ, ਲਾਓ ਵੀਰ ਜੀ ਖੋਲ ਦੇ। ਤਾਂ ਤੁਸੀਂ ਵੱਡੀ ਵੈੜ ਆ ਤੇ ਦੁੱਧ ਵੀ ਤਕਰੀਬਨ ਮੰਜਾ ਡੀਂਦਾ ਵੀਰ ਜੀ ਵੈੜ ਕਰ ਦਿੱਤਾ। ਆਹ ਦੇਖੋ ਤੋ ਫੁੱਲ ਰਾਜੀ ਆ, ਫੁੱਲ ਵਜਣ ਦੋੜ ਵਾਲੀ ਆ। ਆ ਲੰਬਾ ਤੋੜ ਲਈਏ ਜੀ, ਆ ਕਰੋ ਚੈੱਕ। ਪੁੱਠਾ ਫੱਠਾ ਦੋਸਤੋ ਬਹੁਤ ਸੋਹਣਾ, ਚੌੜਾ ਪੁੱਠਾ ਤੇ ਪੂਰੀ ਰਾਜੀ ਆ, ਠੀਕ ਆ ਜੀ। ਸਮੀ ਸੁਭੀ ਪੂਰੀ ਆ, ਬਹੁਤ ਸਮੀ ਵੀਰ ਜੀ। ਤੇ ਬਾਕੀ ਥਣਾ ਥੁਣਾ ਦੀ ਵਿਰਲ ਮੈਂ ਪਹਿਲਾਂ ਦੱਸਦਾ ਦੋਸਤੋ, ਆਪਾਂ ਹਰ ਵਾਰ ਕਹਿ ਦਿੰਦੇ ਆ ਵੀ ਜਿਹੜੇ ਬਿਲਕੁਲ ਆਪਾਂ ਕਹਿ ਦਿੰਦੇ ਵੀ ਪੀੜ੍ਹੀ ਦੇ ਪਾਵਿਆਂ ਵਾਂਗੂ ਥਣਾ, ਉਦਾਂ ਦੀ ਜਿਹੜੀ ਕੁਆਲਿਟੀ ਆ ਥਣਾ ਦੀ, ਚੌਂਕ ਨੁੱਕਰਾਂ ਤੇ ਚੌਂਕ ਗੁੱਠਾਂ ਤੇ। ਤੋ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ। ਕੋਈ ਵੀਰ ਚੰਗਾ ਪਸ਼ੂ ਧਨ ਲੱਭ ਰਿਹਾ, ਕੋਈ ਸਮਾਲ ਫਾਰਮ ਦੇ ਵਿੱਚ ਰੱਖਣਾ ਚਾਹੁੰਦਾ, ਡੇਅਰੀ ਦੇ ਲਈ ਕੰਮ ਕਰਨਾ ਚਾਹੁੰਦਾ, ਤਾਂ ਤੁਸੀਂ ਜ਼ਰੂਰ ਹੱਥ ਪਾ ਲਿਓ। ਵੈੜ ਚੰਗੀ ਆ, ਦੁਧਾਰੂ ਵੈੜ ਆ ਤੇ ਬਣੀ ਥਣੀ ਬਹੁਤ ਸੋਹਣੀਆਂ, ਲੜਾਂ ਰੁੜਾਂ ਹਜੇ ਵੀ ਆ ਤੁਸੀਂ ਦੇਖੋਗੇ ਬਹੁਤ ਸੋਹਣੀਆਂ ਲੜਾਂ, ਲੜ ਕਾਫੀ ਜ਼ਿਆਦਾ ਵਿਖਾਲੇ ਦੇ ਵਿੱਚ ਤੁਹਾਨੂੰ ਦਿਖਾਈ ਦੇਣਗੇ। ਅੱਛਾ ਵੀਰ ਬਲਜੀਤ, ਡਿਮਾਂਡ ਕੀ ਕਰਦੇ ਆ ਦੀ, ਕੀ ਕਰਦੇ ਵੀਰ ਜੀ? ਇਹੋ ਜਿਹੀਆਂ ਵੈੜਾਂ ਦਾ ਤੇ ਮੁੱਲ ਲੱਖ ਲੱਖ ਵੀ ਕਰੀ ਜਾਂਦੇ ਆ। ਹਾਂਜੀ ਹਾਂਜੀ, ਆਪਾਂ ਵੀਰ ਜੀ ਕਰਾਂਗੇ 85,000 ਰੁਪਈਆ ਡਿਮਾਂਡ ਇਹਦੀ। 85,000? ਹਾਂਜੀ, ਲੈ ਦੇ, ਲੈ ਦੋ ਛੱਡ ਦਿਆਂਗੇ ਜੀ। ਹਾਂਜੀ 82? ਹਾਂਜੀ 82। ਪਹਿਲੀ ਵੀਡੀਓ ਹੋਰ ਕਰਦੀ, 80 ਦੀ ਛੱਡ ਦਿਆਂਗੇ। ਹੋਰ ਦੱਸੋ? ਠੀਕ ਆ ਜੀ, ਹੋਰ ਵੀ ਹਜ਼ਾਰ ਮਾਨ ਕਰਕੇ ਘੱਲਾਂਗੇ ਜੀ। ਠੀਕ ਆ ਜੀ, ਹਾਂਜੀ। ਲਓ ਦੋਸਤੋ, ਵੈੜ ਚੰਗੀ ਆ, ਬਾਕੀ ਬਹੁਤ ਸੋਹਣੀ ਕੁਆਲਿਟੀ ਵਾਲੀ ਆ, ਦੁੱਧ ਸੋਹਣਾ ਚਬਾ ਦੂਗੀ ਕਰਮ ਵਾਲੀ। 80 ਚੋਂ 1,000 ਵੀਰਾਂ ਦਾ ਹੋਰ ਮਾਨ ਤਾਨ ਕਰ ਦਿਆਂਗੇ। ਫਿਰ ਵੀ ਭੈਣ ਭਰਾ ਕਿਸੇ ਦਾ ਆਏਗਾ ਇਹਦਾ ਮਾਨ ਤਾਨ ਹੋ ਜਾਊਗਾ, ਮਾਨ ਤਾਨ ਕਰਾਂਗੇ। ਸਾਰਾ ਸੋਨੇ ਵਰਗਾ ਮੈਂ ਪਹਿਲਾਂ ਜ਼ਿਕਰ ਕਰਤਾ, ਸੋਨੇ ਵਰਗਾ ਮਾਲ ਆ ਦੋਸਤੋ, ਪਸੰਦ ਆਊਗਾ। ਇੱਕ ਸੈਕਿੰਡ ਨੰਬਰ ਤੇ ਆ ਵੈੜ ਤੁਹਾਨੂੰ 80 ਦਿਖਾਉਣੇ ਆ, ਇਹ ਵੀ ਬਹੁਤ ਖੂਬਸੂਰਤ ਆ। ਇਹ ਦੰਦਾਂ ਦੰਦੋ ਕਿਵੇਂ? ਦੋਂਦੀ ਜੀ, ਦੋਂਦੀ ਦੋਂਦੀ ਆ, ਦੋਂਦੀ ਜੀ। ਲਓ ਦੋਸਤੋ, ਪਿਓਰ ਦੋਂਦੀ ਆ, ਬਾਕੀ ਚੌਕ ਦੇ ਦੁੱਧ ਦੰਦ ਆ, ਚੌਕ ਛੇਕ ਕੰਨੀ ਵਾਲੇ ਸਾਰੇ ਦੁੱਧ ਦੰਦ ਆ, 2 ਸਥਾਈ ਦੰਦ ਹੋ ਗਏ ਆ, ਦੋਂਦੀ ਆ ਬੱਚੀ, ਠੀਕ ਆ। ਸੋ ਪਲੂਣ ਬੱਚੀ ਨੇ ਸੋਨਾ ਦੋਸਤੋ, ਪਹਿਲਾ ਸੂਆ, ਬਾਕੀ ਥਣ ਤਾਂ ਥਣ ਦੇਖੋ ਜੀ, ਥਣ ਬਹੁਤ ਵਧੀਆ ਲੱਗਾ। ਅਕਸਰ ਆਪਾਂ ਕਹਿ ਦਿੰਦੇ ਆ ਦੋਸਤੋ, ਜਿਹੜੀਆਂ ਵੈੜਾਂ ਉਹ ਥਣਾਂ ਦੇ ਨਾਲ ਹੀ ਆ। ਆ ਕਰੋ ਚੈੱਕ, ਥਣ ਵਕ ਬਹੁਤ ਲੱਗਾ। ਹਾਂ ਤਾਂ ਵੀਰ ਬਲਜੀਤ, ਐ ਵੀ ਜਿਵੇਂ ਦੂਜਣ ਵੇੜਾ ਲਾਦਾ। ਬਸ ਜੀ ਬਸ, ਦੂਜਣ ਦੂਜਣ ਵੇੜਾ ਲਾ। ਕਿੱਲੇ ਘੜੀ ਫਿਰਦੀਆਂ ਬੱਚੀਆਂ ਜੀ, ਬਿਲਕੁਲ ਬਿਲਕੁਲ, ਬਹੁਤ ਠੰਡੀਆਂ ਬੜੀਆਂ ਸੰਧੂ ਸਾਹਿਬ। ਆ ਲਓ ਜੀ, ਹਾਂਜੀ ਵੀਰ ਜੀ, ਹਾਂ ਵੇਖੋ ਭਾਵੇਂ ਇਸ ਤਰ੍ਹਾਂ ਕੋ ਬੈਠਾ ਰਵੇ, ਇਹ ਨਹੀਂ ਵੀ ਕੋਈ ਲੱਤ ਛਾੜ, ਵੇਖੋ ਵਿਖਾਓ ਜੀ ਸੰਧੂ ਸਾਹਿਬ। ਲਓ ਜੀ, ਹਾਂ ਲਓ ਦੋਸਤੋ, ਕਰੋ ਕੁਆਲਿਟੀ ਚੈੱਕ, ਦੰਦ ਵੇਖਣੇ, ਦੰਦ ਵੀ ਵਿਖਾ ਦਨੇ ਜੀ। ਆ ਜਰੂਰ ਵੀਰ ਬਲਜੀਤ, ਦਿਖਾ ਦਕੇ। ਹਾਂਜੀ ਹਾਂਜੀ ਜਰੂਰ ਜੀ। ਦੋਸਤੋ, ਕਈਆਂ ਵੀਰਾਂ ਦੇ ਮਨ ਚ ਕੋਈ ਡਾਊਟ ਨਾ ਰਵੇ, ਹਾਂਜੀ ਦੋਂਦੀ ਬੱਚੀ ਆ ਤਾਂ ਪਿਓਰ ਦੋਂਦੀ ਹੋਊਗੀ, ਆਪਾਂ ਤੁਹਾਨੂੰ ਚੈੱਕ ਕਰਾਉਣੇ ਆ, ਵੇਖੋ ਮਾੜਾ ਜੀ। ਵੇਖੋ ਜੀ, ਆ ਵੇਖੋ, ਠੀਕ ਹੈ ਜੀ, ਠੀਕ ਹੈ ਜੀ, ਲਓ ਦੋਸਤੋ, ਠੀਕ ਹੈ ਜੀ। ਸੋ ਦੋਂਦੀ ਪਿਓਰ ਵੱਛੀ ਆ ਦੋਸਤੋ। ਤੇ ਦਿਨ ਬਲਜੀਤ ਵੀਰੇ ਕਿੰਨੇ ਕੁ ਲੈਂਦੀ ਆ ਇਹ? ਵੀ ਵੀਰ ਜੀ ਇੱਕ ਹਫਤਾ ਲੈਂਦੀ, ਇੱਕ ਹਫਤਾ? ਹਾਂਜੀ, ਪਰਲੇ ਬੰਨੇ ਸੰਧੂ ਸਾਹਿਬ ਥਾਨ ਚੈੱਕ ਕਰਾ ਦਿਓ। ਆ ਲਓ ਜੀ, ਬਹੁਤ ਵਧੀਆ, ਠੰਡੀ ਵੇਖੋ ਭਾਵੇਂ ਇਸ ਤਰ੍ਹਾਂ ਹੁਣੇ ਚੋਲੋ ਜੀ ਇਹਨੂੰ। ਲਓ ਵੀ ਦੋਸਤੋ, ਹਾਂਜੀ ਵੀ ਕੁਆਲਿਟੀ ਦਾਰ ਪੂਰਾ ਥਾਣਾ ਦੋਸਤੋ, ਹੱਥੀ ਚਵਾਈ ਲਾ ਮੁੱਠੀ ਥਾਣਾ ਆਪਾਂ ਅਕਸਰ ਕਹਿ ਦਿੰਦੇ ਆ। ਪਹਿਲਾਂ ਵੈੜ ਆ ਪਰ ਥਣ ਕਰਮ ਵਾਲੀ ਬਹੁਤ ਸੋਹਣਾ ਲੋੜਿਆਂ ਦਾ ਲਈ ਫਿਰਦੀ ਆ, ਤੇ ਬਹੁਤ ਕੁਆਲਿਟੀ ਵਾਲੀ ਵੈੜ ਆ, ਦੋਂਦੀ ਬੱਚੀ ਆ ਪਿਓਰ। ਤੇ ਵੀਰ ਬਲਜੀਤ, ਇਹਨੂੰ ਤੋੜ ਕੇ ਦਿਖਾਈਏ? ਲਓ ਜੀ, ਲਓ ਜੀ, ਲਓ ਵੀਰ ਜੀ, ਲਓ। ਵੇਲ ਬੂਲ ਜਿਹੜੀ ਦੋਸਤੋ ਸੋਹਣੀ ਆ, ਲੰਬੀ ਲੂੰਬੀ ਕਾਫੀ ਆ, ਤੇ ਬਾਕੀ ਜਿੱਦਾਂ ਨਵੀਂ ਬੱਚੀ ਆ ਹਜੇ ਇਹਨੇ ਕਰਮ ਵਾਲੀ ਦਾ ਵਧਣਾ ਵੀ, ਵਧਣਾ ਜੀ ਵਧਣਾ, ਹਾਈਟ ਵੀ ਜੀ ਫੁੱਲ ਵੀਰ ਜੀ। ਹਾਂਜੀ ਹਾਂਜੀ, ਤੋਂ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਬਹੁਤ ਸੋਹਣਾ ਵੇਖੋ, ਬੋਦੀ ਵਾਲੀ ਵੱਛੀ ਆ, ਕੰਨ ਕੁੰਨ ਬਿਲਕੁਲ ਸਮਾਲ ਸਾਈਜ਼ ਵਿੱਚ, ਤੇ ਬਿਲਕੁਲ ਆਰਡਰ ਦੀ ਕੁਆਲਿਟੀ ਜਿਹੜੀ ਦੋਸਤੋ ਸੋਹਣੀ ਤਿਆਰ ਕਰ ਰਹੀ ਆ। ਤੇ ਦਿਨ ਹਜੇ ਵੀ ਖੁੱਲੇ ਡੁੱਲੇ ਲੈਂਦੀ ਆ 5-7, ਹੈ ਜੀ? ਹਾਂਜੀ ਹਾਂਜੀ, ਹਾਂ ਇੱਕ ਹਫਤਾ ਲੈਂਦੀ ਵੀਰ ਜੀ। ਠੀਕ ਹੈ ਜੀ, ਇੱਕ ਹਫਤਾ ਪੂਰਾ। ਸੋਨੇ ਵਰਗਾ ਮਾਲ ਆ ਵੀਰ ਜੀ, ਸੋਨਾ ਹੀ ਵੇਚਣਾ। ਬਿਲਕੁਲ ਜੀ ਬਿਲਕੁਲ, ਹਾਂਜੀ
ਛੋਟੇ-ਛੋਟੇ ਮੁੱਲ ਆ ਵੀਰ ਜੀ, ਕੁਛ ਨਹੀਂ ਐਵੇਂ ਦੇ ਲਿਆ ਜੀ ਆਪਾਂ, ਲੈਣਾ ਕੁਛ ਨਹੀਂ ਯਾਰ ਕੀ, ਪਹਿਲੀ ਵੀਡੀਓ ਆਪਣੀ। ਬਿਲਕੁਲ ਜੀ ਬਿਲਕੁਲ, ਹਾਂ ਬਾ ਉੱਡਦੀਆਂ ਜਾਣ। ਹਾਂ ਲਓ ਵੀ ਦੋਸਤੋ, ਠੀਕ ਹੈ ਜੀ, ਸੋ ਵੀਰਾਂ ਤਾਂ ਵੀ ਉੱਡਦੀਆਂ ਜਾਣ, ਪਹਿਲੀ ਵੀਡੀਓ ਆ। ਹਾਂਜੀ, ਮਾਲ ਜਿਹੜਾ ਦੋਸਤੋ ਸਾਰਾ ਤੋਹਫੇ ਚੀਜ਼ਾਂ ਨੇ, ਤੋਹਫੇ ਤੇ ਰੇਟ ਪੜਤਾ ਬਿਲਕੁਲ ਜਾਇਜ਼ ਆ, ਤੇ ਬੱਚੀਆਂ ਨਵੀਆਂ ਨੇ, ਠੀਕ ਹੈ ਜੀ, ਜਿਹੜੀਆਂ ਦੋ ਆਪਾਂ ਤੁਹਾਨੂੰ ਆ ਦੂਸਰੇ ਨੰਬਰ ਤੇ ਤੀਜੇ ਨੰਬਰ ਤੇ ਦਿਖਾਉਣੀਆਂ, ਬੱਚੀਆਂ ਦੋਵੇਂ ਨਵੀਆਂ ਨੇ। ਤੇ ਇਹ ਜਿਹੜੀ ਦੋਂਦੀ ਬੱਚੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਹਫਤਾ ਖੰਡ ਕਰਮ ਵਾਲੀ ਕੱਢ ਗਈ, ਬਾਕੀ ਬਹੁਤ ਸੋਹਣਾ ਲੇਵਲ ਹੋਊਗਾ, ਵੇਖੋ ਦੇਵਟੀ ਬਹੁਤ ਸੋਹਣੀ ਤਿਆਰ ਕਰ ਰਹੀ ਹੈ। ਠੀਕ ਹੈ ਜੀ, ਤੇ ਬਲਜੀਤ ਵੀਰ ਇਹ ਫਿਰ ਇਹਦੀ ਡਿਮਾਂਡ ਕੀ ਕਰਦੇ ਜੀ? ਡਿਮਾਂਡ ਵੀਰ ਜੀ 50,000 ਰੁਪਈਆ ਦਾ। 50,000? ਹਾਂਜੀ, ਛੋਟਾ ਜਿਹਾ ਮੁੱਲ ਆ। ਤੇ ਹਾਂ ਨਾ ਜੀ ਕਰ ਦਈਏ ਵੀ ਕਿਸੇ ਨੂੰ ਰਾਹ ਮਿਲ ਜੇ ਜਿਹੜਾ। ਹਾਂ ਨਾ 46,000 ਦੀ ਦੇ ਦਾਂਗੇ। 46 ਹੋਰ ਕਰ ਦਈਏ, 1,000 ਹੋਰ ਮਾਨ ਕਰ ਦਿੰਦੇ, 45 ਦੀ ਹੋ ਜੂਗੀ। ਚਲੋ ਜੀ, ਹਾਂਜੀ, ਤਾਂ ਦੱਸੋ 45 ਲੈਣ ਵਾਲਾ ਮੁੱਲ ਹੀ ਆ, ਕੋਈ ਇਹ ਨਾ ਫਿਰ ਜ਼ਿਆਦਾ 40-40 ਆਖੇ। ਠੀਕ ਹੈ ਜੀ, ਹਾਂਜੀ ਆਪਾਂ ਉਹਨੇ ਕੀਤੇ ਆ, ਪਹਿਲਾਂ ਹੀ ਮੁੱਲ ਵੀਰ ਦਾ ਵੀ ਆਪਾਂ ਉਹਨੇ ਕੀਤੇ ਆ। ਹਾਂ, ਬਾਕੀ ਸਫਾਈਆਂ ਸਫੁਈਆਂ ਵਾਲੇ ਪਾਸੇ ਨੋ ਡਾਊਟ ਕੋਈ ਵੀਰ ਦੂਰੋਂ ਨੇੜੇ ਆਉਂਦਾ, ਬਸ ਹੀ ਬਸ ਜਿਵੇਂ ਦੀ ਤੁਹਾਨੂੰ ਚੀਜ਼ ਦਿਖਾਈ ਉਹ ਯਾਰਗੀਆਂ ਚ ਚੱਪਣ ਦੀ ਆਪਣੀ ਗਰੰਟੀ ਆਪਦੀ, ਕੋਈ ਵੀਡੀਓ ਤੇ ਚਪਾਉਣੀ ਚਾਹੁੰਦਾ ਵੀਡੀਓ ਤੇ ਚਪਾ ਲਿਓ, ਆਪਦੀ ਗਰੰਟੀ, ਇੱਥੇ ਆਣ ਕੇ ਚਪਣਾ ਚਾਹੁੰਦਾ ਆਪਦੀ ਇੱਥੇ ਚਪ ਲੈ। ਸਹੀ ਆ ਜੀ, ਸਹੀ ਆ। ਹਾਂਜੀ ਹਾਂਜੀ, ਆਹ ਇੱਕ ਤੋਹਫਾ ਜੀ, ਇੱਕ ਤੋਹਫਾ ਚੀਜ਼ ਦਿਖਾਉਣੀ ਆ। ਹਾਂ ਤੋਹਫਾ ਜੀ, ਵੇਖੋ ਜੀ ਵੇਖੋ, ਤੋਹਫਾ ਛਾਇ ਆ ਕਰੀ। ਰੰਗ ਜਿਹੜਾ ਦੋਸਤੋ, ਜੇਕਰ ਕਲਰ ਦੀ ਗੱਲ ਕਰੀਏ ਤਾਂ ਜਿਵੇਂ ਆਇਰ ਸ਼ੇਅਰ ਦਾ, ਹਾਂਜੀ, ਤੇ ਨਸਲ ਬਰੀਡ ਦੇ ਵਿੱਚ ਜਰਸੀ ਆ, ਜਰਸੀ ਫੁੱਲ ਜਾਤ ਆ ਜੀ ਫੁੱਲ। ਤੇ ਬੱਚੀ ਵੇਖੋ ਬਹੁਤ ਪਿਆਰੀ ਬੱਚੀ ਆ, ਵੀ ਬੱਚਾ ਵੀ ਜਿਹੜਾ ਹੱਸ ਹੱਸ ਕੇ ਜੀ। ਹਾਂ ਬਰੀਡ ਵੇਖੋ ਜੀ। ਅੱਛਾ, ਤੇ ਇਹ ਵੀਰ ਸੂਆ ਪਹਿਲਾਂ ਸੁਣਦੀ ਆ? ਇਹ ਜੀ ਖੀਰੀ ਬੱਚੀ ਆ, ਦੋਂਦੇ ਪੁੱਟਣ ਦੇ ਹੀ ਮਾੜੇ ਮਾੜੇ। ਠੀਕ ਆ ਜੀ, ਵਿਖਾ ਦਈਏ ਦੰਦ ਜੀ, ਆ ਦਿਖਾ ਦਿਓ ਜੀ। ਉਹ ਦੱਸੋ ਖੀਰੀ ਬੱਚੀ ਆ, ਖੀਰੀ ਦੋਂਦ ਵਿੱਚ ਆ ਜਾਂਦੀ ਆ, ਜੇ ਦੋਂਦ ਤੇ ਬਰਾਬਰ ਨਹੀਂ ਕੀਤੇ ਗਏ, ਬਰਾਬਰ ਦੇਖ ਸਕਦੇ ਤੁਸੀਂ। ਠੀਕ ਹੈ ਜੀ, ਵੇਖੋ ਜੀ, ਆ ਚੱਕੇ ਆ, ਬਰਾਬਰ ਕਰ ਲਏ ਸਮਝ ਲਓ, ਠੀਕ ਹੈ ਜੀ, ਭਾਵੇਂ ਦੋਂਦੀ ਬੱਚੀ ਮੰਨ ਲਏ ਕੋਈ, ਭਾਵੇਂ ਬਾਕੀ ਸਾਰੇ ਦੁੱਧ ਦੰਦ ਆ। ਠੀਕ ਹੈ ਜੀ, ਹਾਂਜੀ, ਤੇ ਬਹੁਤ ਪਿਆਰੀ ਬੱਚੀ, ਛੋਟੀ ਜੀ, ਫੇਸ ਕੁਆਲਿਟੀ ਕੰਨ ਵੇਖੋ ਜੀ, ਬੂਥੀ ਵੇਖੋ, ਹਾਂ ਫੇਸ ਉਹ ਖਾਓ ਸੰਧੂ ਸਾਹਿਬ ਜੀ, ਬੜੀ ਕੁਆਲਿਟੀ ਵਾਲੀ ਬੱਚੀ ਹੈ। ਹਾਂਜੀ ਹਾਂਜੀ, ਬਹੁਤ ਜ਼ਿਆਦੀ। ਲਓ ਵੀ ਭਰਾਵੋ, ਠੀਕ ਹੈ ਜੀ, ਬੜੀ ਪਿਆਰੀ ਬੱਚੀ ਹੈ, ਪਸੰਦ ਆਊਗੀ, ਬਾਕੀ ਤੋਹਫਾ ਚੀਜ਼ ਆ, ਲੇਵਟੀ ਲੂਟੀ ਬਹੁਤ ਸੋਹਣੀ ਥੱਲੇ ਤਿਆਰ ਕੀਤੀ ਆ, ਵੇਖੋ ਜੀ ਵੇਖੋ, ਠੰਡੀ ਬੜੀ ਜੀ ਸੰਧੂ ਸਾਹਿਬ, ਥਾਨ ਵੇਖੋ ਲੱਗਾ। ਹਾਂ ਹਾਂ, ਐ ਤੇ ਤੋਹਫਾ ਹੀ ਆ ਜੀ ਇੱਕ। ਹਾਂ ਦੇਖੋ ਜੀ, ਠੀਕ ਆ, ਸੋ ਕਰਮਾਲੀ ਨੂੰ ਬਹੁਤ ਸੋਹਣਾ ਦੋਸਤੋ ਥਣ ਲੱਗਾ, ਘੜ ਘੜ ਕੇ ਥਣ ਲੱਗਾ, ਤੇ ਲੇਵਟੀ ਲੂਟੀ ਬਹੁਤ ਸੋਹਣੀ ਤਿਆਰ ਕਰੀ ਖੜੀ ਆ, ਅਜੇ ਵੀ ਤਕਰੀਬਨ ਲੈ ਜੂਗੀ 2-4, ਅਜੇ ਜੀ ਹਫਤਾ ਹਫਤਾ ਲੈ ਜੂਗੀ, ਇੱਕ ਹਫਤਾ ਜੀ। ਹਾਂਜੀ, ਇੱਥੇ ਬਣ ਜੂ ਪੁਆਇੰਟ, ਪੈ ਜੂ ਥੱਲੇ ਜੀ ਵੀਰ ਜੀ। ਹਾਂਜੀ, ਲੈ ਬਲਜੀਤ ਵੀਰ ਇਹਨੂੰ ਦਿਖਾਈਏ ਮਾੜਾ, ਖੋਲ ਲਓ ਜੀ, ਲਓ ਵੀਰ ਜੀ ਲਓ। ਤਾਂ ਦੱਸੋ ਬੱਚੀ ਬਹੁਤ ਸੋਹਣੀ ਆ, ਕਮਾਲ ਦੀ ਬੱਚੀ ਆ, ਉਮਰ ਵੀ ਜਿਹੜੀ ਤੁਸੀਂ ਦੱਕ ਮੂੰਹੋਂ ਦੰਦ ਦਿਖਾਤੇ ਉਹਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ, ਕੋਈ ਜ਼ਿਆਦਾ ਉਮਰ ਨਹੀਂ, ਸਾਰੀ 2.5 ਸਾਲ 2.5 ਸਾਲ 2 ਸਾਲ ਦੀ ਬਸ ਜੀ, ਬਸ ਇਹ ਬੱਚੀ ਆ। ਠੀਕ ਹੈ, ਵੇਖੋ ਵੀਰ ਜੀ ਤੋਰਾ ਵੇਖੋ ਬੈਠ ਦਾ। ਹਾਂ ਲਓ ਜੀ, ਮੂੰਹ ਮਾਂ ਦੀ ਸੰਧੂ ਸਾਹਿਬ ਪਾ ਦਿਓ। ਹਾਂ ਲਓ ਜੀ, ਤੋ ਫੇਸ ਕੁਆਲਿਟੀ, ਹਾਈਟ ਜਿਹੜੀ ਆ ਦੋਸਤੋ ਬੇਸ਼ੱਕ ਮੀਡੀਅਮ ਦਰਮਿਆਨੀ ਹਾਈਟ ਆ, ਜਿੱਦਾਂ ਆਪਾਂ ਇੱਕ ਨੋਰਮਲ ਜਰਸੀ ਬੱਚੀਆਂ ਦੀ ਵੇਖਦੇ ਆ, ਜਿਵੇਂ ਨਵੀਂ ਬੱਚੀ ਆ ਦੋਸਤੋ, ਹਰ ਵਾਰ ਆਪਾਂ ਕਹਿ ਦਿੰਦੇ ਵੀ ਜਵਾਨ ਹੁੰਦੇ ਤਾਂ ਕਹਿੰਦੇ ਕਰਮਾਲੀ ਨੇ ਬਸ ਜੀ ਬਸ ਵਧਣਾ ਫੁੱਲਣਾ ਹੈ ਹਜੇ। ਠੀਕ ਆ, ਬਾਕੀ ਨਗੀਨਾ ਛੇ ਆ, ਕੋਈ ਨਗੀਨਾ ਜੀ ਨਗੀਨਾ, ਤੋ ਜਿੰਨੇ ਕੁ ਪੈਸਿਆਂ ਦੀ ਦੇ ਦੇਣੀ ਆ ਦੋਸਤੋ, ਮੈਨੂੰ ਲੱਗਦਾ ਵੀ ਬਹੁਤ ਵੀਰ ਚਾਹਵਾਨ ਹੋਣਗੇ ਇਸ ਬੱਚੀ ਨੂੰ ਖਰੀਦਣ ਦੇ, ਕਿਉਂ ਬੱਚੀ ਬਹੁਤ ਪਿਆਰੀ ਆ। ਠੀਕ ਆ ਜੀ, ਵੈਸੇ ਵੀ ਨਸਲ ਬਰੀਡ ਵਾਲੀ ਆ, ਤਾਂ ਦੁੱਧ ਦੀ ਥਾਂ ਕਰਮ ਵਾਲੀ ਦਾ ਦੁੱਧ ਵੀ ਜਿੰਨੇ ਕਿ ਬਿਲਕੁਲ ਕਪੈਸਿਟੀ ਵਾਲੀ ਉਹਨਾਂ ਚਵਾਈ ਜਾਣਾ ਇਹਨੇ। ਬਾਕੀ ਸੰਧੂ ਸਾਹਿਬ ਥੱਲੇ ਲੰਮਾ ਪਿਆ ਫਰੇ, ਵੀਰ ਜੀ ਬਹੁਤ ਸੋਹਣੀ ਕੁਆਲਿਟੀ। ਹਾਂਜੀ ਹਾਂਜੀ, ਅੱਛਾ ਬਲਜੀਤ ਵੀਰੇ, ਜੇ ਲੈ ਦੇ ਤੇ ਅੱਗੇ ਗੱਲ ਮੁੱਕਦੀ, ਆਪਾਂ ਕੁਆਲਿਟੀ ਚੰਗੀ ਬੱਚੀ ਦੀ ਦੇਖ ਕੇ ਵੀਰ ਜੀ, ਇਹੋ ਜਿਹੀਆਂ ਬੱਚੀਆਂ ਦਾ ਮੁੱਲ 50 ਵੀ ਕਰੀ ਜਾਂਦੇ ਆ। ਹਾਂਜੀ ਹਾਂਜੀ, ਆਪਾਂ ਮੁੱਲ ਕਰਾਂਗੇ ਵੀਰ ਜੀ 40,000। ਹਾਂਜੀ।
ਜੀ ਲੈਣ ਦੇਣ ਵਾਲਾ 40 ਨਹੀਂ ਆਪਾਂ ਕਰਨਾ, ਆਪਾਂ ਬਿਲਕੁਲ ਕਰ ਦਈਏ ਨਾਰਮਲ ਜੀ। ਦੋ ਘੱਟ ਦੇ ਦਿਆਂਗੇ ਜੀ 37 ਦੀ। ਹਾਂ ਹੋਰ ਕਰ ਦਈਏ ਜੇ ਆਪਾਂ ਨੂੰ ਲੱਭਦਾ ਕਰਦਾ ਆਪਾਂ ਹੋਰ ਕਰ ਦਈਏ ਜੀ। 35 ਦੀ ਦੇ ਦਾਂਗੇ ਸ਼ਾਹ ਜੀ, ਅੱਜ ਆਫਰ ਹੀ ਆ, ਤੋਹਫਾ ਹੀ ਆ ਜੀ ਇਹਦੇ ਨਾਲ। ਲਓ ਜੀ 35 ਦੇ ਦਾਂਗੇ ਅੱਜ 35,000 ਦੀ ਬਾਈ ਬਲਜੀਤ ਦਾ ਵੀ ਦੇ ਦਿਆਂਗੇ ਆਪਾਂ। ਹਾਂਜੀ ਤੇ ਮੈਨੂੰ ਲੱਗਦਾ ਵੀ 35,000 ਦੋਸਤੋ, ਜੇਕਰ ਵੀਰ ਬਲਜੀਤ ਮੋਟਰਸਾਈਕਲ ਲੈ ਲਿਆ ਉਹਨੇ ਤੇਲ ਰੋਜ਼ ਤਾਂ ਖਾਣਾ ਹੀ। ਹਾਂਜੀ ਹਾਂਜੀ ਜੇ 35 ਦੀ ਲੈ ਗਿਆ ਇਹਨੇ ਦੇਣਾ ਹੀ। ਹਾਂਜੀ ਹਾਂਜੀ ਇਹ ਸਹੀ ਗੱਲ ਆ ਜੀ, ਇਹਨੇ ਉਹਨੇ ਖਾਣਾ ਜੀ, ਉਹਨੇ ਰੋਜ਼ ਦਾ 100 ਖਾਣਾ ਜੀ, ਇਹਨੇ ਰੋਜ਼ ਦਾ 100-150 ਦੇਣਾ ਜੀ, ਨਾਲੇ ਬੱਚੇ ਰਜਾਉਣੇ ਆ, ਨਾਲੇ ਬੱਚੇ ਰਜਾਉਣੇ ਆ। ਹਾਂਜੀ ਹਾਂਜੀ ਦੋਸਤੋ ਬਹੁਤ ਇੱਕ ਵਾਰੀ ਮੈਂ ਤੁਹਾਨੂੰ ਨੇੜਿਓਂ ਦਿਖਾਉਣਾ, ਵੇਖੋ ਖਲੋਤ ਖਲਾਤ ਵੇਖੋ ਤੁਸੀਂ, ਖੜਨੀ ਵੇਖੋ ਬੱਚੀ ਦੀ, ਬਹੁਤ ਪਿਆਰੀ ਬੱਚੀ ਹੈ ਭਰਾਵੋ, ਤੇ ਪਸੰਦ ਆਊਗੀ ਬਹੁਤੇ ਵੀਰਾਂ ਦੇ ਫੋਨ ਕਾਲ। ਮੈਨੂੰ ਲੱਗਦਾ ਵੀ ਇਸੇ ਬੱਚੀ ਸੰਧੂ ਸਾਹਿਬ ਜੀ ਜੇ ਜੋੜਾ ਹੀ ਲਊਗਾ ਕੋਈ, ਹਾਂ ਤੇ ਆਪਾਂ 80,000 ਦਾ ਜੋੜਾ ਦੇ ਦਿਆਂਗੇ। ਠੀਕ ਹੈ ਜੀ। ਹਾਂਜੀ ਬਿਲਕੁਲ ਜੀ ਬਿਲਕੁਲ, ਹੈ ਆ ਵੀ ਚੰਗੀ ਗੱਲ। ਹਾਂ ਡਿਸਕਾਊਂਟ ਹੋ ਜਾਏਗਾ ਵੀ। ਹਾਂਜੀ ਹਾਂਜੀ ਤੇ ਕੋਈ ਦੂਰੋਂ ਨੇੜੇ ਆਉਂਦਾ ਚੱਲ ਇੱਕੇ ਗੇੜੇ ਦੇ ਵਿੱਚ ਦੋਵੇਂ ਬੱਚੇ ਪਾਲੂਗਾ, ਪਾਲੂਗਾ ਤੇ 80,000 ਦਾ ਜੋੜਾ ਦੇ ਦਿਆਂਗੇ। ਠੀਕ ਹੈ ਜੀ, ਠੀਕ ਹੈ ਜੀ। ਤਾਂ ਤੁਸੀਂ 80,000 ਦੇ ਵਿੱਚ ਹੋਰ ਵੀ 1000 ਮਾਨ ਕਰ ਦਿਆਂਗੇ, ਪਹਿਲਾਂ ਬੱਚੀਆਂ ਨੇ ਹੋਰ ਵੀ 1000 ਮਾਨ ਤਨ, 80,000 ਦੇ ਵਿੱਚੋਂ ਵੀ ਛੋਟ ਛਾਪਾ ਹੋ ਜਾਊਗਾ ਜੇਕਰ ਦੋਵੇਂ ਜੋੜੀ ਕੋਈ ਪਲੋਣ ਬੱਚੀਆਂ ਦੀ ਪਹਿਲਾਂ ਬੱਚੀਆਂ ਦੀ ਪਾ ਲੈਂਦਾ। ਬਸ ਜੀ ਬਸ, ਬਾਕੀ ਬੱਚੀਆਂ ਕਮਾਲ ਦੀਆਂ ਵੀਰ ਕੋਲ। ਇੱਕ ਜਿਹੜੀ ਦੋਸਤੋ ਝੋਟੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਉਹ ਵੀ ਦਿਖਾ ਦਿੰਦੇ ਆ। ਸੋ ਦੋਸਤੋ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਵੀ ਵੀਰ ਬਲਜੀਤ ਦੇ ਕੋਲ ਇੱਕ ਝੋਟੀ ਆ ਜਿਹੜੀ ਦੋਸਤੋ ਪਹਿਲਾਂ ਝੋਟੀ ਤੁਹਾਨੂੰ ਦਿਖਾਉਣੀ ਆ, ਤੇ ਮੂੰਹੋਂ ਦੋਂਦੀ ਝੋਟੀ ਆ, ਬੜੀ ਪਿਆਰੀ ਆ, ਹੁਣ ਇਹ ਕਦਕਾਰ ਦੇ ਵਿੱਚ ਆ ਦੋਸਤੋ। ਹਾਈਟ ਤੁਸੀਂ ਇੱਕ ਵਾਰੀ ਚੈੱਕ ਕਰੋ ਸੰਧੂ ਸਾਹਿਬ, ਮੇਰੇ ਕਿੱਡੀ ਆਵੇ ਹਾਈਟ ਚੈੱਕ ਕਰੋ ਵੀ ਪ੍ਰੋਪਰ, ਜਿਹੜੇ ਦੋਸਤਾਂ ਦੇ ਕਰੈਕਟਰ ਆ ਪੂਰੀ ਤਸੱਲੀ ਨਾਲ ਇਹਦੀ ਬਣਤਰ ਆਪਾਂ ਤੁਹਾਨੂੰ ਦਿਖਾ ਦੇਣੀ ਆ। ਅੱਛਾ ਵੀਰ ਬਲਜੀਤ ਇਹ ਝੋਟੀ ਆਪਣੇ ਕੋਲ ਵੀ ਸੇਲ ਕਰਦੇ ਆ? ਹਾਂਜੀ ਹਾਂਜੀ। ਤੇ ਇਹ ਵੈਸੇ ਤੁਹਾਡੇ ਘਰ ਦੇ ਘਰ ਘਰੇਲੂ ਮਾਲ ਦੇ ਵਿੱਚ? ਹਾਂ ਘਰੇਲੂ ਮਾਲ ਦੇ ਵਿੱਚੋਂ ਵੀਰ ਜੀ, ਦੋ ਦਾਂ ਦਾ ਵੀਰ ਜੀ ਝੋਟੀ ਏ। ਅੱਛਾ ਕਿ ਸ਼ੌਂਕ ਨਾਲ ਸਾਂਭੀ ਸੁਭੀ ਆ? ਪਲੂਣ ਆ ਬੱਚੀ, ਪਲੂਣ ਆ ਜੀ ਇਹ ਝੋਟੀ। ਠੀਕ ਆ ਜੀ। ਹਾਂਜੀ ਜਿਹੜੀ ਪਿਓਰ ਦੋ ਦਾਂ ਦਾ, ਦੋ ਦਾਂ ਦਾ ਹੀ, ਦੋ ਦਾਂ ਦਾ। ਠੀਕ ਆ ਜੀ। ਹਾਂਜੀ ਤੇ ਮਦਰ ਵੀ ਇਹਦੇ ਆਪਣੇ ਕੋਲ ਹੀ ਸੀ? ਹਾਂਜੀ ਹਾਂਜੀ ਮਦਰ ਵੀ ਕੋਲ ਹੀ। ਕਿੰਨੇ ਦੁੱਧ ਵਾਲੀ ਮਦਰ ਇਹਦੀ? 15 ਕਿਲੋ ਵਾਲੀ ਵੀਰ ਜੀ। ਠੀਕ ਆ ਜੀ। ਹਾਂਜੀ ਤਾਂ ਦੋਸਤੋ ਕੱਟੀ ਇੱਕ ਵਾਰੀ ਤੁਸੀਂ ਦੇਖ ਲਓ, ਕਿਉਂਕਿ ਦੋਂਦੀ ਆ ਤੇ ਕੱਟੀ ਕਹਿ ਲਓ ਚਾਹੇ ਮੇਰੇ ਵੀਰ ਆਪਾਂ ਝੋਟੀ ਕਹਿ ਲਈਏ, ਠੀਕ ਆ? ਕੁਛ ਵੀ ਕਹਿ ਲਓ ਵੀਰ ਜੀ, ਸਿੰਘ ਵੇਖੋ ਆ, ਫੇਸ ਕੁਆਲਿਟੀ ਦਿਖਾਓ ਵੀਰ ਜੀ। ਬੜਾ ਸੋਹਣਾ ਮੱਥਾ ਮੁੱਥਾ ਤੇ ਮੱਥੇ 'ਚ ਥੋੜੇ ਗਵਾਲ ਜਿਹੜੇ ਵਾਈਟ ਬੇਸ਼ੱਕ ਹੈਗੇ ਆ। ਹਾਂਜੀ ਹਾਂਜੀ ਤੇ ਸਿੰਘੀ ਬੜੀ ਪਿਆਰੀ ਆ, ਪਤਲਾ ਸਿੰਘ ਆ ਬਿਲਕੁਲ ਗਲਾਈ ਦੇ ਵਿੱਚ। ਹਾਂਜੀ ਤੇ ਫੇਸ ਕੁਆਲਿਟੀ ਬਿਲਕੁਲ ਸੋਹਣੀ ਤੇ ਕੱਦ ਬਹੁਤ ਸੋਹਣਾ ਦੋਸਤੋ। ਅਕਸਰ ਆਪਾਂ ਬਹੁਤ ਵੱਡਾ ਦੇਖਦੇ ਆ ਕੱਟੀਆਂ ਝੋਟੀਆਂ, ਕਿ ਨਾ ਪਹਿਲਾਂ ਕੱਟੀਆਂ ਝੋਟੀਆਂ ਮਧਰੀਆਂ ਹੁੰਦੀਆਂ ਸਮੁੰਦਰ, ਪਰ ਇਹ ਕੱਦ ਦੀ ਠੁੰਡੀ ਬੜੀ ਵੀਰ ਜੀ। ਹਾਂ ਤੋਂ ਵੰਡ ਵੁੰਡ ਹੋਣੇ ਅਜੇ ਦਿਨ ਹਫਤਾ ਲੈ ਜੂਗੀ, 10 ਦਿਨ ਖੜ ਸਕਦੇ ਆ ਜਿਹੜੇ ਬਿਲਕੁਲ ਮਤਲਬ ਲਿਖਤੀ ਤੌਰ ਤੇ ਲਿਖੇ ਆ ਦਿਨ। ਹਾਂਜੀ ਹਾਂਜੀ 10 ਦਿਨ ਪਏ ਭਾਜੀ ਅਜੇ, 10 ਦਿਨ। ਹਾਂਜੀ 10 ਦਿਨ ਉੱਤੇ ਵੀ ਖੜ ਸਕਦੀ, 2 ਦਿਨ ਪਹਿਲਾਂ ਵੀ ਸੋ ਸਕਦੇ ਆ, ਗਰਮੀ ਹੈ ਨਾ। ਠੀਕ ਹੈ ਜੀ। ਹਾਂਜੀ ਤਾਂ ਦੋਸਤੋ 10 ਕੁ ਦਿਨ ਅਪਰੋਕਸੀਮੇਟਲੀ 10 ਕੁ ਦਿਨ ਹਜੇ ਪੇਂਡਿੰਗ ਆ। ਤੇ ਬਲਜੀਤ ਬਾਈ ਥੋੜਾ ਹਲਾਇਓ ਇਹਨੂੰ, ਇਹਨੂੰ ਲਓ ਜੀ। ਹਾਂ ਦੇਖੋ ਥਾਣ ਵੇਖੋ ਦੋਸਤੋ ਗਰਮ ਵਾਲੀ, ਠੀਕ ਹੈ ਜੀ। ਜਿਵੇਂ ਆਪਾਂ ਦੂਜਣ ਝੋਟੀਆਂ ਦਾ ਦੇਖਦੇ ਆ, ਮੁੱਠੀ ਮੁੱਠੀ ਥਾਣ, ਰੁਕ ਰੁਕ ਦਾ ਥਾਣ, ਤੇ ਲੇਪਟੀ ਲੁਪਟੀ ਵੇਖ ਸਕਦੇ ਤੁਸੀਂ ਲਾਏ ਪਈ ਆ। 10 ਕੁ ਦਿਨ ਹਜੇ ਨਾਰਮਲ ਲੈ ਜਾਣੀ ਆ ਕੱਟੀ। ਹਾਂਜੀ ਹਾਂਜੀ ਠੀਕ ਆ। ਤੇ ਬਹੁਤ ਸੋਹਣੀ ਨਵੀਂ ਦੀ ਨਵੀਂ ਆ, ਕੋਈ ਵੀਰ 2-4 ਸੂਬੇ 5 ਸੂਬੇ ਪੀਊਗਾ ਜਾ ਕੇ, ਠੀਕ ਆ। ਹਾਂਜੀ ਹਾਂਜੀ ਤੇ ਸਭੀ ਸੂਬੀ ਤੁਸੀਂ ਆਪ ਦੇਖ ਲਓ, ਚੌੜਾ ਪਿੱਠ ਪੁੜਾ, ਸੋਹਣੀ ਹਾਈਟ ਲੈਂਥ ਦੇ। ਵੀਰ ਬਲਜੀਤ ਖੋਲ ਕੇ ਕੋਈ ਮਾੜਾ ਲਓ ਵੀਰ ਜੀ, ਲਓ ਲਓ ਜੀ। ਬਹੁਤ ਸ਼ਾਨਦਾਰ ਕੁਆਲਿਟੀ ਹੈ ਦੋਸਤੋ ਝੋਟੀ ਦੀ, ਠੀਕ ਹੈ ਜੀ। ਤੇ ਥਾਣ ਲੇਵੇ ਦੀ ਬਹੁਤ ਸੋਹਣੀ ਹੈ, ਵੈਸੇ ਮਗਰਲੇ ਖੁਰ ਤੋਂ ਫਿੱਤਾ ਪਿਆ, ਕਈ ਵਾਰ ਕ੍ਰੋਸ ਅੰਗ ਦੇ ਵਿੱਚ ਪਸ਼ੂ ਆ ਜਾਂਦਾ, ਠੀਕ ਹੈ ਜੀ। ਜਿਵੇਂ ਮੱਥੇ ਥੋੜ੍ਹੇ ਜਿਹੇ ਵਾਲ ਵਾਈਟ ਆ, ਬਾਕੀ ਲੇਪਟੀ ਲੂਪਟੀ ਬਹੁਤ ਜ਼ਿਆਦਾ ਪਿਆਰੀ, ਬਿਲਕੁਲ ਮੁੱਠੀ ਥਾਣ ਆ, ਹੱਥੀ ਸਵਾਈ ਦਾ ਥਾਣ ਲੱਗਾ ਕਰਮ ਵਾਲੀ। ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ, ਬਾਕੀ ਸੋਹਣੇ ਕੱਦ ਕੱਟ ਦੇ ਵਿੱਚ
ਝੋਟੀ ਓਵਰਆਲ ਦੋਸਤੋ ਜਿੰਨੀ ਆ ਸਾਰੀ ਫੱਬ ਦੀ। ਵੀਰ ਜੀ ਨੀਲੀ ਜੀ ਵੀ ਥੋੜਾ ਜਿਹਾ ਪੈਰ ਰੱਖਦੀ ਆ, ਹੋਰ ਧੋਤੇ ਪਿੱਛੋਂ ਪੂਛ ਵੀ। ਬਿਲਕੁਲ ਜੀ ਬਿਲਕੁਲ, ਹਾਂਜੀ। ਅੱਛਾ ਬਲਜੀਤ ਵੀਰੇ ਝੋਟੀ ਚੰਗੀ ਆ, ਚਲੋ 10 ਕੁ ਦਿਨ ਹਜੇ ਲੈਂਦੀ ਆ। ਹਾਂਜੀ ਹਾਂਜੀ ਵੀਰ ਜੀ, ਚਲੋ ਕਿਸੇ ਵੀਰ ਨੇ ਸਾਹਮਣੀ ਸੂਤਰੀ ਉਹਦੀ ਸਵਾਉਣੀ ਆ। ਹਾਂਜੀ ਹਾਂਜੀ ਹਾਂਜੀ, ਤੇ ਅੱਜ ਆਪਾਂ ਕਿੰਨੇ ਦੀ ਦੇਤੀ ਆ ਵੀ ਕਸਰ ਕੋਸਰ ਵੀਰ ਜੀ? ਮੁੱਲ ਤੇ ਹੁਣ ਇਹੋ ਜਿਹੀਆਂ ਝੋਟੀਆਂ ਦਾ 1-5 ਵੀ ਕਰੀ ਜਾਂਦੇ ਆ, 20 ਵੀ ਕਰੀ ਜਾਂਦੇ ਆ। ਬਿਲਕੁਲ ਜੀ, ਹਾਂਜੀ ਆਪਾਂ ਭਾਜੀ 80,000 ਡਿਮਾਂਡ ਕਰਦੇ ਆ। ਹਾਂਜੀ ਆਹੋ, ਘਰ ਨੂੰ 1,00,000 ਵੀ ਕਰਾ ਲਓ। ਅੱਛਾ ਜੀ, ਹਾਂਜੀ ਹਾਂ, 75 ਦੀ ਦੇ ਦਈਏ? ਨਹੀਂ 75 ਫਿਰ, ਚਲੋ ਝੋਟੀ ਅਗਲੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਝੋਟੀ ਆ। ਹਾਂਜੀ ਪਹਿਲਾ ਪਸ਼ੂ ਉਹ ਵਾਧੇ ਦਾ ਪਸ਼ੂ ਆ, ਘਾਟੇ ਦਾ ਨੀਗਾ ਕੋਈ ਲੈ ਜੇ ਤੇ। ਹਾਂਜੀ ਹਾਂਜੀ, ਪਰ ਆਪਾਂ ਦੇ ਦਈਏ ਪੂਰੀ ਜਾਇਜ਼। ਹਾਂ 70 ਦੀ ਦੇ ਦਾਂਗੇ ਜੀ। 70 ਤੋਂ ਕੋਈ ਗੁਜਾਇਸ਼ ਕੀ ਕਰਦੇ? ਮਾਨ ਤਾਨ ਕਰ ਦਿਆਂਗੇ ਜਦੋਂ ਆਊਗਾ ਇੱਥੇ, ਕੋਲ ਆਊਗਾ। ਠੀਕ ਆ ਠੀਕ ਆ ਜੀ, ਹਾਂ ਖੁੱਲੀਆਂ ਛੋਟਾਂ ਕਰ ਦਿਆਂਗੇ। ਹੋਰ ਦੱਸੋ, ਠੀਕ ਆ ਜੀ? ਇਹ ਪਹਿਲੀ ਵੀਡੀਓ ਆ ਆਫਰ ਯਾਰ। ਹਾਂਜੀ ਹਾਂਜੀ, ਤੇ ਬਾਕੀ ਕਿਸੇ ਰਕਮ ਦੀ ਕੋਈ ਅਚਾ ਉਚਾ ਉਹ ਕੋਈ ਨਹੀਂ ਜੀ, ਗਰੰਟੀ ਦਿਆਂਗੇ ਸਭ ਭਾਰ ਪਿੱਛੇ ਦੀ ਸਭ ਜੀ। ਠੀਕ ਆ ਜੀ, ਹਾਂਜੀ ਹਾਂਜੀ। ਤਾਂ ਦੱਸੋ ਬਾਕੀ ਆ ਤੁਸੀਂ ਵੇਖ ਹੀ ਸਕਦੇ ਜੀ, ਠੀਕ ਆ ਜੀ, ਬਿਲਕੁਲ ਟਾਇਰ ਸੂ ਦੀ ਆ, ਬਸ ਜੀ ਬਸ, ਤੇ ਸੋਹਣੇ ਕਦਕੜ ਦੇ ਵਿੱਚ ਇੱਕਾ ਸਿੰਘ ਵੀਰ ਜੀ। ਡਿਮਾਂਡ ਜਾਏ 200 ਵੀਰਾਂ ਦਾ 80 ਜੋ ਮਰਜ਼ੀ ਕਰਾ ਲਓ, 70,000 ਦੀ ਮਿਲ ਜੂਗੀ। ਤੇ ਫਿਰ ਵੀ ਕਿਸੇ ਭੈਣ ਭਰਾ ਦੇ ਇੱਥੇ ਆਏ ਮਾਨਤਾਨ ਕਰਾਂਗੇ ਜੀ, ਕਰਾਂਗੇ। ਹਾਂਜੀ ਮਾਨਤਾਨ ਹੋਊਗਾ, ਬਾਕੀ ਕੱਟੀ ਸਾਂਭ ਨਾਲੀ ਆ ਕਿ ਕੋਈ ਵੀਰ ਲੈ ਜੂਗਾ ਦੂਜੇ ਤੀਜੇ ਸੂਏ ਬੜੀ ਵੱਡੀ ਝੋਟੀ ਬੜੀ 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 ਖੁੱਲੀ ਬਣ ਜੂਗੀ। ਹਾਂ ਬਹੁਤ ਸੋਹਣੀ ਕੁਆਲਿਟੀ ਆ, ਕੱਦ ਕੁੱਦ ਤੁਸੀਂ ਦੇਖ ਲਓ, ਬਹੁਤ ਸੋਹਣੇ ਕਦਕੜ ਦੇ ਵਿੱਚ। ਅੱਛਾ ਵੀਰ ਬਲਜੀਤ, ਇਹ ਤਾਂ ਹੋ ਗਈ ਆਪਣੇ ਕੋਲ ਝੋਟੀ, ਇੱਕ ਨੰਬਰ ਆਪਣੇ ਦੱਸ ਦਈਏ, ਕਰ ਦਈਏ ਸਾਂਝੀ। ਕਰੋ ਜੀ 73378। ਹਾਂਜੀ 56071। ਠੀਕ ਹੈ ਜੀ, ਹਾਂਜੀ ਇੱਕੋ ਨੰਬਰ ਚੱਲਦਾ, ਇੱਕੋ ਨੰਬਰ ਹੀ ਚੱਲਦਾ ਜੀ। ਠੀਕ ਹੈ ਜੀ, ਹਾਂਜੀ। ਲਓ ਵੀ ਦੋਸਤੋ, ਇਹ ਸਨ ਮੇਰੇ ਨਾਲ ਵੀਰ ਬਲਜੀਤ ਸਿੰਘ, ਪਿੰਡ ਗੰਡੀਵਿੰਡ ਤੋਂ। 4 ਐਨੀਮਲ ਵਕਾਊਗਾ, 4 ਪਸ਼ੂ ਦੋਸਤੋ ਸੋਨੇ ਵਰਗੇ ਆ, ਬਾਕੀ ਰੇਟ ਪੜਤਾ ਵੀ ਵੀਰ ਨੇ ਬੜਾ ਜਾਇਜ਼ ਕੀਤਾ। ਸੋ ਜਿਹੜੇ ਵੀਰ ਵੀਡੀਓ ਦੇਖਦੇ ਆ, ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਮਾਲ ਸੋਨੇ ਵਰਗਾ ਹੈਗਾ ਜਾਂ ਨਹੀਂ ਹੈਗਾ, ਤੁਸੀਂ ਕਮੈਂਟਾਂ 'ਚ ਦੱਸਿਓ। ਬਾਕੀ ਪੜਤਾ ਬੜਾ ਜਾਇਜ਼ ਆ, ਤੇ ਪਹਿਲੇ ਫੋਨਾਂ ਤੇ ਜਿਹੜੇ ਦੋਸਤੋ ਇਹ ਕਾਬੂ ਕਰਨ ਵਾਲੀਆਂ ਚੀਜ਼ਾਂ ਨੇ, ਤੇ ਮੇਰਾ ਵੀਰ ਕੋਈ ਉਮੀਦ ਕਰਦੇ ਵੀ ਮਿਸ ਨਹੀਂ ਕਰੂਗਾ। ਠੀਕ ਆ ਜੀ, ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ, ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਵੀਡੀਓ ਪਹੁੰਚ ਸਕੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।